ਸਤਿ ਸ਼੍ਰੀ ਅਕਾਲ ਜੀ। 1 ਤਰੀਕ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ 25-26 ਸਾਲ ਦਾ ਨੌਜਵਾਨ ਜਿਹੜਾ ਹੈਗਾ ਉਹ ਘਰੋਂ ਚਲਾ ਗਿਆ ਹੈ ਅਤੇ 3-4 ਘੰਟੇ ਬਾਅਦ ਲੌਟ ਕੇ ਨਹੀਂ ਆਇਆ। ਉਹਦੇ ਘਰਦਿਆਂ ਨੂੰ ਇਹ ਸ਼ੱਕ ਸੀਗਾ ਕਿ ਇਹਨੂੰ ਕਿਡਨੈਪ ਕਰ ਲਿਆ ਗਿਆ। ਜਦੋਂ ਸਾਡੇ ਕੋਲ ਇਹਦੇ ਘਰਦੇ ਆਏ, ਉਸ ਤੋਂ ਇਮੀਡੀਏਟਲੀ ਬਾਅਦ ਸਾਡੇ ਸੀਨੀਅਰ ਆਫਿਸਰਸ, ਸਾਡੇ SPD ਸਾਹਿਬ, SP City, DSPD, DSP City 2, CIA 1, CIA 2, ਥਾਣਾ ਸਿਵਲ ਲਾਈਨ, ਇਹਨਾਂ ਦੀ ਸਾਰੀ ਟੀਮਾਂ ਅਸੀਂ ਐਕਟੀਵੇਟ ਕਰਤੀ। ਪਰਿਵਾਰ ਦੇ ਨਾਲ ਸਾਡੇ ਅਫਸਰ ਅਤੇ ਟੀਮਾਂ 24 ਘੰਟੇ ਨਾਲ ਜੁੜੇ ਰਹੇ। ਇਸ ਤੋਂ ਬਾਅਦ ਅਸੀਂ ਇੱਕ ਕੰਟਰੋਲਡ ਆਪਰੇਸ਼ਨ ਚਲਾਇਆ, ਜਿਸ ਦੇ ਵਿੱਚ ਪਹਿਲਾਂ ਇਸ ਮੁੰਡੇ ਨੂੰ ਰਿਕਵਰ ਕੀਤਾ, ਉਸ ਤੋਂ ਬਾਅਦ ਜਿਹੜੇ ਅਕਿਊਜ਼ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 10 ਲੱਖ ਕੈਸ਼, ਇੱਕ ਸਵਿਫਟ ਗੱਡੀ, ਇੱਕ ਮੋਬਾਈਲ ਫੋਨ ਅਤੇ ਇੱਕ ਇਹ ਜਿਹੜਾ ਹਥਿਆਰਨੁਮਾ ਲਾਈਟਰ ਹੈਗਾ, ਪਿਸਤੌਲ ਨੁਮਾ, ਇਹ ਰਿਕਵਰ ਕੀਤਾ। ਅਤੇ ਇਸ ਦੇ ਵਿੱਚ ਜਿਹੜੀ ਹੁਣ ਤੱਕ ਦੀ ਤਫਤੀਸ਼ ਤੋਂ ਕਹਾਣੀ ਸਾਹਮਣੇ ਆਈ ਹੈ ਉਹ ਇਸ ਤਰ੍ਹਾਂ ਹੈ ਕਿ ਜਿਹੜਾ ਨੌਜਵਾਨ ਹੈਗਾ ਇਹ ਫਾਈਨੈਂਸ ਦਾ ਕੰਮ ਕਰਦਾ, ਪੈਸੇ ਦੇ ਲੈਣ ਦੇਣ ਦਾ ਕੰਮ ਕਰਦਾ। ਇੱਕ ਜਿਹੜੀ ਲੇਡੀ ਅਕਿਊਜ਼ਡ ਹੈਗੀ ਹੈ ਉਹਦੇ ਨਾਲ, ਜਿਹਦਾ ਨਾਮ ਹੈ ਕਿਰਨਾ, ਅਤੇ ਕਿਰਨਾ ਦੇ ਨਾਲ ਇਹਦਾ ਪੈਸੇ ਦਾ ਲੈਣ ਦੇਣ ਸੀਗਾ। ਕਿਰਨਾ ਨੇ ਕੁਝ ਪੈਸੇ ਲਏ ਹੋਏ ਸੀਗੇ ਅਤੇ ਪੈਸੇ ਵਾਪਸ ਕਰਨ ਦੇ ਬਹਾਨੇ ਕਿਰਨਾ ਨੇ ਇਹਨੂੰ ਆਪਣੇ ਜੁਝਾਰ ਸਿੰਘ ਨਗਰ ਦੇ ਵਿੱਚ, ਕਿਰਨਾ ਜਿੱਥੇ ਰਹਿੰਦੀ ਉੱਥੇ ਉਹਨੇ ਉਹਨੂੰ ਆਪਣੇ ਘਰ ਬੁਲਾਇਆ, ਇਸ ਮੁੰਡੇ ਨੂੰ, ਜਿੱਥੇ ਉਹਨੇ ਪਹਿਲਾਂ ਹੀ ਪਲੈਨਿੰਗ ਦੇ ਤਹਿਤ ਆਪਣੇ ਦੋ ਸਾਥੀ ਨੂੰ ਰੱਖਿਆ ਹੋਇਆ ਸੀਗਾ। ਅਤੇ ਧਾਰਦਾਰ ਹਥਿਆਰ ਦੀ ਨੋਕ 'ਤੇ ਅਤੇ ਜਿਹੜਾ ਇਹ ਪਿਸਤੌਲ ਨੁਮਾ ਦੇਖਣ ਵਾਲੀ ਚੀਜ਼ ਹੈਗੀ ਹੈ ਇਹਦੀ ਵਰਤੋਂ ਕਰਕੇ ਉਹਨਾਂ ਨੇ ਉਹਨੂੰ ਡਰਾਵਾ ਦੇ ਕੇ ਉਸ ਮੁੰਡੇ ਨੂੰ ਅਤੇ ਉਹਨੂੰ ਆਪਣੇ ਨਾਲ ਵਾਹ ਕੇ ਜ਼ਿਲ੍ਹੇ ਤੋਂ ਬਾਹਰ ਲੈ ਗਏ। ਉੱਥੇ ਜਾ ਕੇ ਫਿਰ ਉਹਨਾਂ ਨੇ ਪਰਿਵਾਰ ਨੂੰ ਸੰਪਰਕ ਕੀਤਾ ਅਤੇ ਪੈਸੇ ਦੀ ਮੰਗ ਕੀਤੀ। ਜਦੋਂ ਉਹ ਇਨਫੋਰਮੇਸ਼ਨ ਸਾਡੇ ਕੋਲ ਆ ਗਈ ਤਾਂ ਅਸੀਂ ਫਿਰ ਆਪਣਾ ਆਪਰੇਸ਼ਨ ਸ਼ੁਰੂ ਕਰ ਲਿਆ। ਅਸੀਂ ਆਪਣੇ ਇਨਫੋਰਮੇਸ਼ਨ ਸੋਰਸਿਸ ਲਗਾਏ, ਇੰਟੈਲੀਜੈਂਸ ਸੋਰਸਿਸ, ਟੈਕਨੀਕਲ ਸੋਰਸਿਸ ਅਤੇ ਬਾਕੀ ਸਾਰੀ ਇੰਟੈਲੀਜੈਂਸ ਤੋਂ ਅਸੀਂ ਬੰਦੇ ਆਈਡੈਂਟੀਫਾਈ ਕਰਨੇ ਸ਼ੁਰੂ ਕਰਤੇ। ਆਪਰੇਸ਼ਨ ਦੇ ਵਿੱਚ ਸਾਡੀ ਪ੍ਰਾਥਮਿਕਤਾ ਇਹ ਸੀਗੀ ਕਿ ਜਿਹੜਾ ਆਪਣਾ ਇਹ ਮੁੰਡਾ ਹੈ ਇਹ ਸਹੀ ਸਲਾਮਤ ਅਤੇ ਬਿਲਕੁਲ ਠੀਕ ਠਾਕ ਪਰਿਵਾਰ ਦੇ ਕੋਲ ਪਹੁੰਚ ਜਾਏ, ਉਸ ਤੋਂ ਬਾਅਦ ਬਾਕੀ ਜੋ ਵੀ ਕੰਮ ਹੈ ਉਹ ਕੀਤਾ ਜਾਏਗਾ। ਅਤੇ ਉਸ ਦੇ ਵਿੱਚ ਸਾਡੀ ਟੀਮਾਂ ਸਫਲ ਰਹੀਆਂ, ਇਹਨਾਂ ਦੀ ਮਿਹਨਤ ਰੰਗ ਲਈ। ਅਤੇ ਪਹਿਲਾਂ ਅਸੀਂ ਮੁੰਡੇ ਨੂੰ ਬਿਲਕੁਲ ਸਹੀ ਸਲਾਮਤ ਰਿਕਵਰ ਕਰਕੇ ਪਰਿਵਾਰ ਦੇ ਹਵਾਲੇ ਕੀਤਾ, ਉਸ ਤੋਂ ਬਾਅਦ ਫਿਰ ਇਹਨਾਂ ਦੋਸ਼ੀਆਂ ਦੀ ਧਰਪਕੜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕਿੰਨੇ ਜਣੇ ਗ੍ਰਿਫਤਾਰ ਕੀਤੇ? 3 ਜਣੇ ਗ੍ਰਿਫਤਾਰ ਕੀਤੇ ਹੈ ਜੀ। ਇੱਕ ਤਾਂ ਕਿਰਨਾ ਹੈਗੀ ਹੈ ਜਿਹੜੀ ਬਠਿੰਡੇ ਜ਼ਿਲ੍ਹੇ ਦੀ, ਆਪਣੇ ਸ਼ਹਿਰ ਦੀ ਰਹਿਣ ਵਾਲੀ ਹੈਗੀ ਹੈ। 2 ਜਣੇ ਹੈਗੇ ਮਨਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ, ਜੋ ਕਿ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਰਹਿਣ ਵਾਲੇ ਹੈ। 10 ਲੱਖ ਰੁਪਏ ਜਿਹੜਾ ਇਹ ਪਲੈਨਡ ਆਪਰੇਸ਼ਨ ਦਾ ਹਿੱਸਾ ਸੀਗਾ ਸਾਰਾ, ਅਤੇ ਰਿਕਵਰੀ ਹੋ ਗਈ। ਸਰ ਕਿਹੜਾ ਤਾਂ ਸਕਿਪ ਕਰ ਗਏ ਸੀ ਇਹਨਾਂ ਕੋਲ ਜਦੋਂ ਉੱਥੇ ਰੇਡ ਕੀਤੀ ਹੈ, ਲੋਟ ਗਏ ਨੇ, ਪੇਮੈਂਟ ਹੋਈ ਹੈ, ਕਿਹੜਾ ਤਾਂ ਪੁਲਿਸ ਪਾਰਟੀ ਦਾ ਸਕਿਪ ਕਰ ਗਏ ਸੀ? ਦੇਖੋ ਜੀ, ਆਪਰੇਸ਼ਨ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ, ਵੀ ਹੈਵ ਟੂ ਐਗਜ਼ਾਮਿਨ ਥਿੰਗਸ ਫਰੋਮ ਐਵਰੀ ਪਰਸਪੈਕਟਿਵ। ਅਤੇ ਜਿਹੜਾ ਇਹ ਮੁੰਡਾ ਹੈਗਾ, ਇਹਦੀ ਸੇਫਟੀ ਵਾਜ਼ ਅਵਰ ਫਸਟ ਪ੍ਰਾਇਰਟੀ, ਐਜ਼ ਆਈ ਆਲਰੇਡੀ ਟੋਲਡ। ਬਾਕੀ ਅਕਿਊਜ਼ ਅਸੀਂ ਗ੍ਰਿਫਤਾਰ ਕਰ ਲਏ, ਰਿਕਵਰੀ ਅਸੀਂ ਸਾਰੀ ਕਰ। ਰੱਖਿਆ ਕਿੱਥੇ ਗਿਆ ਸੀ? ਜ਼ਿਲ੍ਹੇ ਤੋਂ ਬਾਹਰ ਰੱਖਿਆ। ਜ਼ਿਲ੍ਹੇ ਤੋਂ ਬਾਹਰ ਰੱਖਿਆ। ਹੋਰ ਵੀ ਸਰ ਕੋਈ ਮਾਮਲੇ ਦਰਜ? ਇਹਨਾਂ ਦੇ ਖਿਲਾਫ ਪਹਿਲਾਂ ਕੋਈ ਵੀ ਮਾਮਲਾ ਦਰਜ ਨਹੀਂ ਹੈ। ਇਹ 3 ਹੈਗੇ, ਇੱਕ ਇਹਨਾਂ ਦਾ ਹੋਰ ਤਫਤੀਸ਼ ਦੇ ਦੌਰਾਨ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦਾ ਹੋਰ ਹੈਗਾ ਪਾਰਟਨਰ, ਐਸੋਸੀਏਟ ਚੌਥਾ, ਉਹਨੂੰ ਵੀ ਅਸੀਂ ਜਲਦੀ ਗ੍ਰਿਫਤਾਰ। ਸਰ ਕਿਡਨੈਪਰ ਹੈਗੇ ਜਿਹੜੇ ਕੰਮ ਕੀ ਕਰਦੇ ਸੀ? ਇਹ 2 ਤਾਂ ਖੇਤੀਬਾੜੀ ਕਰਦੇ ਹੈ, ਜ਼ਿਆਦਾ ਏਜਡ ਨਹੀਂ ਹੈ, 24-25 ਸਾਲਾਂ ਦੇ ਹੈਗੇ ਮੁੰਡੇ। ਅਤੇ ਇਹ ਲੇਡੀ ਜਿਹੜੀ ਹੈਗੀ ਹੈ ਇਹ ਘਰੋਂ ਹੀ ਓਪਰੇਟ ਕਰਦੀ ਹੈ। ਅਤੇ ਇਹਦਾ ਜਿਹੜਾ ਹੈਗਾ ਤਫਤੀਸ਼ ਦੌਰਾਨ ਸਾਹਮਣੇ ਆਏਗਾ ਐਕਚੁਅਲ ਇਹਦਾ ਕੰਮ ਕੀ ਹੈ, ਸੋਰਸ ਆਫ ਇਨਕਮ ਕੀ ਹੈ। ਸਰ ਰਿਲੇਸ਼ਨ ਕੀ ਨੇ ਆਪਸ ਮੇਂ? ਰਿਲੇਸ਼ਨ ਵਗੈਰਾ ਤਫਤੀਸ਼ ਦੇ ਦੌਰਾਨ ਸਾਹਮਣੇ ਆਉਣਗੇ। ਪ੍ਰਾਈਮਾ ਫੈਸਾਈ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇਹ ਇੱਕ ਬੰਦਾ ਇਹਨਾਂ ਦਾ ਲਿਵ ਇਨ ਪਾਰਟਨਰ ਹੈਗਾ ਇਸ ਲੇਡੀ। ਠੀਕ ਹੈ, ਸੰਪਰਕ ਕਿਸ ਤਰ੍ਹਾਂ ਜਿਹੜਾ ਹੈਗਾ, ਜਿਸ ਤਰ੍ਹਾਂ ਮੁਕਤਸਰ ਦੇ ਰਹਿਣ ਵਾਲੇ ਲੇਡੀਜ਼ ਬਠਿੰਡਾ ਦੀ ਰਹਿਣ ਵਾਲੀ ਹੈ,
ਉਹ ਤਾਂ ਇਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਕਿ ਆਪਸ 'ਚ ਕਿੰਨੇ ਸਾਲਾਂ ਤੋਂ ਸੰਪਰਕ 'ਚ ਹੈਗੇ ਕੀ ਹੈਗਾ, ਬਟ ਜਿਹੜਾ ਲੇਡੀ ਅਤੇ ਇਹ ਜਿਹੜਾ ਜਿਹਨੂੰ ਲੈ ਗਏ ਸੀਗੇ ਮੁੰਡੇ ਨੂੰ, ਉਹਦਾ ਇਹਨਾਂ ਦਾ ਆਪਸ 'ਚ ਪਹਿਲਾਂ ਜਾਣਕਾਰੀ ਸੀਗੀ, ਲੈਣ ਦੇਣ ਸੀਗਾ, ਅਤੇ ਲੇਡੀ ਨੂੰ ਆਈਡੀਆ ਸੀਗਾ ਇਸ ਮੁੰਡੇ ਦਾ। ਇਹ ਤਾਂ ਕੋਈ ਹਥਿਆਰ ਨੁਮਾ ਖਿਲੌਣਾ ਹੀ ਹੈਗਾ ਜੀ, ਲਾਈਟਰ ਟਾਈਪ ਹੀ ਹੈਗਾ ਹੈ, ਅਤੇ ਉਹਨਾਂ ਕੋਲ ਸਾਡੇ ਇਨਫੋਰਮੇਸ਼ਨ ਮੁਤਾਬਿਕ ਉਹਨਾਂ ਕੋਲ ਕੁਝ ਧਾਰਦਾਰ ਹਥਿਆਰ ਵੀ ਹੈਗੇ ਜਿਹੜੇ ਕਿ ਅਸੀਂ ਹੁਣ ਇਨਵੈਸਟੀਗੇਸ਼ਨ ਦੌਰਾਨ ਬਰਾਮਦ ਕਰ। ਦੇਖੋ ਜੀ, ਉਹ ਅਮਾਊਂਟ ਵਗੈਰਾ ਚੇਂਜ ਹੁੰਦਾ ਰਿਹਾ, ਓਪਰੇਸ਼ਨ ਸਾਡਾ ਚੱਲਦਾ ਰਿਹਾ, ਬਟ ਦੀ ਇੰਪੋਰਟੈਂਟ ਪਾਰਟ ਇਜ਼ ਦੈਟ ਜਿਹੜਾ ਬੰਦਾ ਸੀਗਾ ਉਹਨੂੰ ਅਸੀਂ ਸੇਫਲੀ ਰਿਕਵਰ ਕਰਕੇ, ਜੋ ਵੀ ਅਮਾਊਂਟ ਸੀਗਾ ਇਹਨਾਂ ਤੋਂ ਅਕਿਊਜ਼ ਤੋਂ, ਉਹਨਾਂ ਨੂੰ ਗ੍ਰਿਫਤਾਰ ਕਰਕੇ ਸਾਰਾ ਰਿਕਵਰ ਕਰ ਲਿਆ। ਉਹ ਤਫਤੀਸ਼ ਦੌਰਾਨ ਸਾਹਮਣੇ ਆਏਗਾ ਕਿ ਮੋਡਸ ਓਪਰੈਂਡੇ ਕੀ ਸੀਗਾ, ਕਿੱਦਾਂ ਇਹਨਾਂ ਨੇ ਕੌਨਸਪੀਰੇਸੀ ਰਚੀ, ਉਹ ਸਾਰਾ ਸਾਹਮਣੇ ਆਏਗਾ। ਅਤੇ ਹੁਣ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਵੀ ਆਰ ਵੈਰੀ ਸੀਰੀਅਸ ਅਗੇਂਸਟ ਐਨੀ ਸਿਸ ਟਾਈਪ ਆਫ ਕ੍ਰਾਈਮ, ਜਿਹੜਾ ਵੀ ਕੋਈ ਕ੍ਰਾਈਮ ਕਰਦਾ ਹੈ ਉਹਦੀ ਅਸੀਂ ਧਰਪਕੜ ਕਰਾਂਗੇ, ਗ੍ਰਿਫਤਾਰ ਕਰਾਂਗੇ ਅਤੇ ਸਲਾਖਾਂ ਦੇ ਪਿੱਛੇ ਭੇਜਾਂਗੇ, ਜਿਹੜੀ ਸੀਵੀਅਰ ਤੋਂ ਸੀਵੀਅਰ ਧਾਰਾ ਵੀ ਲਾਵਾਂਗੇ। ਅਤੇ ਇਸ ਲਈ ਇਹ ਵਾਰਨਿੰਗ ਹੈਗੀ ਸਾਰਿਆਂ ਨੂੰ ਕਿ ਇਸ ਤਰੀਕੇ ਦੀ ਕੋਈ ਵੀ ਹਰਕਤ ਨਾ ਕੀਤੀ ਜਾਵੇ।